स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड भुल्लर श्री मुक्तसर साहब जिले का पिंड है, तो मुक्तसर तो जे बठिंडे वाल नूं जाना होवे तां मेन रोड ते आउंदा। अज दी वीडियो दे उत्ते इह तुहानूं गां दिखाउणी है दोस्तों, जिहदे च इह गां विकाऊ है, जर्सी नसल घर दी गां बाई दी ते चंगी वेल वाली गां, मजबूत गां। ਇਹਦੇ ਬਾਰੇ ਆਪਾਂ ਡਿਟੇਲ ਵੀਰ ਤੋਂ ਪੁੱਛਾਂਗੇ, ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹਨੂੰ ਇਹ ਗਾਂ ਚੰਗੀ ਲੱਗੂਗੀ ਉਹ ਵੀਰ ਆਪ ਆ ਕੇ ਆਪਦੀ ਤਸੱਲੀ ਨਾਲ ਖਰੀਦ ਸਕਦਾ। ਬਹੁਤ ਸੋਹਣੇ ਥਾਂ ਨਾਲ ਤੁਹਾਨੂੰ ਵੀਡੀਓ 'ਚ ਸ਼ੁਰੂਆਤ 'ਚ ਦਿਖਾਤੇ ਆ, ਬਾਕੀ ਜਦੋਂ ਤੋਰਾਂਗੇ ਹਵਾਨਾ ਵੀ ਉਦੋਂ ਇਹਨੇ ਦਿਖਾ ਦੇਣਾ। ਆਓ ਵੀਰ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਬਾਈ ਆਪਣਾ? ਸਾਹਿਬ ਸਿੰਘ ਆ ਜੀ। ਠੀਕ ਆ ਸਾਹਿਬ ਬਾਈ, ਗਾਂ ਜਿਹੜੀ ਇਹ ਵੇਚਣੀ ਹੈ ਘਰ ਦੀ ਆਪਣੇ? ਇਹ ਘਰ ਦੀ ਹੈ ਬਾਈ ਜੀ। ਕਿੰਨਾ ਸੂਆ ਐਤ ਕੀ ਸੋਹਣਾ? ਤੀਜਾ ਸੂਆ ਸੋਹਣਾ ਜੀ। ਦੂਜੇ ਸੂਏ ਦੁੱਧ ਕਿੰਨਾ ਕੁ ਦੇ ਗਈ ਸੀ? 18 ਲੀਟਰ ਜੋ ਹੈ ਜੀ। ਦੂਜੇ ਸੂਏ 'ਚ 18 ਲੀਟਰ ਸੀਗਾ? ਹਾਂਜੀ। ਕਿੰਨੇ ਕੁ ਦਿਨ ਲੈ ਜੂ ਬਾਈ? ਹੁਣ 10 ਦਿਨ ਬਾਕੀ ਹੈ ਜੀ। 10 ਦਿਨ ਰਹਿੰਦੇ ਦਿਨ ਪੂਰੇ ਹੋਣ 'ਚ? ਹਾਂਜੀ ਬਾਈ ਜੀ। ਰੇਟ ਇਹਦਾ ਕੀ ਰੱਖਿਆ? ਰੇਟ 62,000 ਜੀ। 62,000 ਤੇ ਇਹਦੇ ਜਿਹੜਾ ਟੀਕਾ ਭਰਿਆ ਕੁਛ ਉਹਦਾ ਪਤਾ ਕਿਹੜਾ ਭਰਿਆ? ਟੀਕੇ ਦਾ ਨਹੀਂ ਪਤਾ ਬਾਈ। ਠੀਕ ਹੈ ਦੋਸਤੋ, ਬਹੁਤ ਸੋਹਣੀ ਜਰਸੀ ਹੈ, ਵੇਲ ਬਹੁਤ ਆ ਗਾਂ ਦੀ, ਤੁਸੀਂ ਨੋਟ ਕਰਿਓ ਦੋਸਤੋ, ਲੰਬੀ ਗਾਂ ਪੂਰੀ, ਇੱਥੋਂ ਵੇਲ ਤੁਸੀਂ ਦੇਖ ਸਕਦੇ ਹੋ। ਆ ਕੇ ਵੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਜੋ ਕਰੈਕਟਰ ਮੈਂ ਦੱਸਦਾ ਦੋਸਤੋ, ਜੋ ਮੈਨੂੰ ਜੱਚਦੇ ਆ ਉਹ ਗੱਲਾਂ ਜਿਹੜੀਆਂ ਮੈਂ ਕਹਿੰਦਾ, ਆ ਕੇ ਵੀ ਤੁਸੀਂ ਉਸੇ ਤਰ੍ਹਾਂ ਦੇਖ ਸਕਦੇ ਹੋ। ਕੱਦ ਦੋਸਤੋ ਦਰਮਿਆਨਾ ਹੀ ਹੈ, ਜਰਸੀ ਗਾਵਾਂ ਜਿਹੜੀਆਂ ਆਮ ਦੇਖਦੇ ਹਾਂ ਉਹਨਾਂ ਦੇ ਮੁਕਾਬਲੇ ਥੋੜ੍ਹੀ ਬਹੁਤ ਉੱਚੀ ਹੋਊਗੀ। ਵੇਲ ਜ਼ਰੂਰ ਜ਼ਿਆਦਾ, ਸਾਰੀਆਂ ਜਿਹੜੀਆਂ ਹਿਮਾਚਲੀ ਜਰਸੀ ਆ ਉਹਨਾਂ ਨਾਲੋਂ ਜ਼ਿਆਦਾ ਲੰਬੀ ਗਾਂ। ਖੋਲੀ ਵੀਰੇ ਤੋਰੀਆਂ ਨੂੰ। 62,000 ਡਿਮਾਂਡ ਆ ਅਤੇ 18 ਕਿਲੋ ਦੁੱਧ ਦੂਜੇ ਸੂਏ ਵੀਰ ਨੇ ਚੋਇਆ, ਹਜੇ 10 ਦਿਨ ਰਹਿੰਦੇ ਆ। ਥਣ ਦਾ ਸਹਿਜ ਬਹੁਤ ਸੋਹਣਾ ਸ਼ੁਰੂਆਤ ਦੇ ਵਿੱਚ ਦਿਖਾਤਾ ਸੀ, ਬਾਕੀ ਨੇੜਿਓਂ ਫੇਰ ਵੀ ਦਿਖਾਊਂਗਾ। ਬਹੁਤ ਸੋਹਣਾ ਮੂੰਹ ਆ ਦੋਸਤੋ, ਜੇ ਤੁਸੀਂ ਦੇਖੋ ਫੇਸ ਬਹੁਤ ਸੋਹਣਾ, ਚੰਗੀ ਸਿਹਤ ਹੈ, ਸੋਹਣੀ ਬਣੀ ਵੀ ਆ ਗਾਂ। ਥੱਲੋਂ ਹਵਾਨਾ ਦੇਖਦੇ ਹੋ, ਉਹ ਵੀ ਤਕੜਾ, ਲੱਤਾਂ ਵੀ ਮਜ਼ਬੂਤ ਹੈ, ਹਵਾਨਾ ਬਹੁਤ ਸੋਹਣਾ ਬਣਾਊਗੀ 10 ਦਿਨਾਂ 'ਚ ਦੋਸਤੋ, ਇਹਨੇ ਤਕੜਾ ਹਵਾਨਾ ਤਿਆਰ ਕਰ ਜਾਣਾ, ਕਿਉਂਕਿ ਟਾਈਮ ਹਜੇ ਕਾਫੀ ਰਹਿੰਦਾ। ਸੋ ਜਿਹੜਾ ਵੀਰ ਪਸੰਦ ਕਰੂਗਾ ਉਹ ਕਾਲ ਕਰ ਸਕਦਾ। ਘੁਮਾਲਾ ਵੀਰੇ ਮੋੜ ਲਾ, ਦੇਖ ਸਕਦੇ ਹੋ ਹਵਾਨਾ ਦੋਸਤੋ, ਹਜੇ ਹਵਾਨਾ ਤਕੜਾ ਬਣਾਊਗੀ। ਬਾਕੀ ਤੁਸੀਂ ਇੱਥੋਂ ਇਹਦੀ ਵੇਲ ਦਾ ਅੰਦਾਜ਼ਾ ਹੁਣ ਵੀ ਲਾ ਸਕਦੇ ਹੋ। ਤੁਹਾਨੂੰ ਹਵਾਨਾ ਜ਼ਰੂਰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦਾ, ਦੇਖ ਸਕਦੇ ਹੋ ਪੂਰਾ ਭਰਨਾ ਹਵਾਨਾ, ਅਤੇ ਥਣਾਂ 'ਚ ਵਿੱਥੀ ਵੀ ਚੰਗੀ ਦਿਖਾਉਂਦੀ ਹੈ। ਸੋ ਸੋਹਣੀ ਜਰਸੀ ਗਾਂ ਵਿਕਾਊ ਆ, ਘਰੇਲੂ ਪਸ਼ੂ ਆ ਵੀਰ ਕੋਲ। ਵੈਸੇ ਦੋਸਤੋ ਦੁੱਧ ਡੇਅਰੀ 'ਤੇ ਪਾਉਣ ਵਾਸਤੇ ਜਿਵੇਂ ਬਹੁਤੇ ਵੀਰ ਪਸ਼ੂ ਰੱਖਦੇ ਆ ਉਸ ਤਰ੍ਹਾਂ ਨਾਲ ਰੱਖੇ ਵੇ ਆ। ਜਿਹੜਾ ਵੀਰ ਪਸੰਦ ਕਰੇ ਇਸ ਜਰਸੀ ਨੂੰ ਤਾਂ ਕਾਲ ਤੁਸੀਂ ਕਰਿਓ। ਜਰਸੀ ਦੇ ਸ਼ੌਕੀਨ ਜਿਹੜੇ ਜਰਸੀ ਰੱਖਣਾ ਚਾਹੁੰਦੇ ਉਹਨਾਂ ਲਈ ਬਹੁਤ ਵਧੀਆ ਗਾਂ। ਤੁਸੀਂ ਥਣ ਦਾ ਸਹਿਜ ਦੇਖ ਲਓ, ਹਵਾਨਾ ਅੱਗੇ ਨੂੰ ਵੀ ਚੰਗਾ ਦਿਖਾਉਂਦੀ ਹੈ, ਬਾਕੀ ਪਿਓਰ ਜਰਸੀ ਬਰੀਡ ਹੈ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।